ਤੇ Jammu Kashmir انتظامیہ ਕਿਸਾਨਾਂ 'ਇਫਲਾਵ ਬੈਬੂਦ ਵਸਤਾ ਪੇੜ ਪਾਲਨ ਦਾ ਨਵਾਂ ਮੌਕਾ ਮਹੱਈਆ ਕਰਾ ਰਹੀ ਹੈ ਖਬਰਾਂ ਦੀ ਤਫਸੀਲ ਨਾਲ ਪਹਿਲਾ ਅਮੀਨ ਅੰਜਮ وزیر اعظم نرندرا مودی نے یوکرین جھگڑے کا سلسلہ میں جنگ بندی اور سفارتی راستے اختیار کرنے کی گل کی انہوں نے کہوے جے وقت دی ضرورت ہے جے دنیا میں امن آپسی پرائچارتوں تے سلامتی یقینی بناون واسطے پکو کام کیو جائے جنہ مودی اج بالی انڈونیشیا میں جی 20 دے سربراں اجلاس کا پہلا کام کاجی اجلاس نال خطاب کر رہا تھا یو اجلاس ا خراج تے تو نائی نا تحفظ دا سلسلہ مامنا قد ہو اس موقع پر دوسری عالمگیر جنگ دا خوف کو ذکر کرتاں وزیر اعظم نے کہوے جے اس ویلے کا لیڈراں نے امن واسطے سنجیدہ کوشش کی تے ہن ماری باری ہے وزیر اعظم نے کہوے جے ਸਮੇਤ ਇਹ ਤਬਦੀਲੀ ਕੋਵਿਡ-19 ਬਾਬਾ ਤੇ ਯੂਕਰੇਨ ਦੀ ਹਾਲਤ ਨਾਲੇ ਇਸ سلسلہ ਦੀ ਆਲਮੀ ਮੁਸ਼ਕਿਲਾਂ ਨੇ ਦੁਨੀਆ ਮਤਬਾਹੀ ਕੀਤੀ ਅਗਲੇ ਬਾਰੇ ਜੀ20 ਬਾਰੇ ਭਾਰਤ ਦੇ ਸਦਾਰਤ ਕੋ حوالے ਦੇ ਤਾ ਮ ਜਨਾਬ ਮੋਦੀ ਨੇ ਪ੍ਰੋਸੋ ਜ਼ਹਿਰ ਕਿਓ ਜੇ ਅਗਲੇ ਬਾਰੇ G20 ਸਰਪ੍ਰਾਈਜ਼ اجلاس ਬੁੱਧ ਤੇ ਗਾਂਧੀਗੀ ਪਾਕ ਤਰਤੀਬ ਬਰ ਅਮਨਕਤ ਵੈਗੋ ਕੋਵਿਡ-19 ਬਾਬੋ ਜੇਕਰ ਕਰਤਮਾ ਵਜ਼ੀਰ ਆਦਮ ਨੇ ਕਿਹਾ ਜੀ ਹਕੂਮਤ ਨੇ 1.3 ਬਿਲੀਨ ਸ਼ਹਿਰੀਆਂ ਵਾਸਤੇ ਅਖਰਾਕ ਤਹਾਵਜ਼ ਯਕੀਨੀ ਬਣਾਇਓ ਤੇ ਇਸੇ ਤਰ੍ਹਾਂ ਜ਼ਰੂਰਤ ਵੇਲੇ ਕਈ ਮੁਲਕਾਂ ਨਾਲ ਵੀ ਅਨਾਜ ਸਪਲਾਈ ਕੀਓ। ਤੋਂ ਉਹਨਾਂ ਨੇ ਕਿਹਾ ਜੀ ਇਹ ਤੋਂ ਵਨਾਈ ਸੈਕਟਰ ਮਾ ਇਸਤਕਾਮ ਯਕੀਨੀ ਬਣਾਇਓ ਜਾਣੋ ਚਾਹੀਏ। ਸਦਰ ਜਮਹੂਰੀਆ ਦਰੁਪਦੀ ਮੁਰਮੂਤ ਤੇ ਵਜ਼ੀਰ ਆਦਮ ਨੇ ਅੰਦਰ ਬੋਦੀ ਨੇ ਭਗਵਾਨ ਬਿਰਸਾ ਮੁੰਡਾ ਦਾ ਜਨਮ ਦਿਹਾੜਾ ਵਰ ਲੋਕਾਂ ਨੂੰ ਮੁਬਾਰਕਬਾਦ ਪੇਸ਼ ਕੀ ਹੈ। ਸਦਰ ਜਮਹੂਰੀਆ ਨੇ ਕਿਹਾ ਜੀ ਮਿਹਨਤ ਨਾਲ ਮੁਲਕ ਨਾ ਮਾਲਾ ਮਾਲ ਕੀ ਹੋਇਆ ਹੈ ਤਮਾਮ ਕਬਾਇਲੀ ਮੁਜਾਹਿਦੀਨ ਨੇ ਆਜ਼ਾਦੀ ਨਾਲ ਸਲਾਮ ਪੇਸ਼ ਕਰਤਾ ਮਾ ਮਹਤਮਾ ਮੁਰਮੂ ਨੇ ਕਬਾਇਲੀ ਤਬਕਾਂ ਦੀ ਤਰਫੋਂ ਜਦੋਜਹਿਦ ਆਜ਼ਾਦੀ ਮਾ ਦਿੱਤੀ ਗਈ عظیم ਖਿਦਮਤ ਉਜਾਗਰ ਕੀ ਗਵਰਨਰ ਰਮੇਸ਼ ਬੇਸ وزیر اعلی ہمت سورین قبائلی امور کا مرکزی وزیر ارجن منڈا مرکزی وزیر مملکت برائے تعلیم انوپورنا دیوی تے ریاستی وزیر برائے سماجی بہبود منجی نے بھی قبائلی مجاہدین دی آزادی برسامنڈا ناں خرجہ کیت پیش کیو 15 نومبر کو تیاڑا قبائلی فخر تیاڑا کے طور منایو جائے جس کو مقصد قبائلی مجاہدین دی آزادی برسامنڈا ناں عزت دینو اے پچھلے سال مرکزی کابینہ نے 15 نومبر کا تیاڑا ناں جن جاتیہ گورو دیوس کے طور منائی جان کو اعلان کیتو قبل ذکر ہے 1850 70 ਮਾ ਪੈਦਾ ਹੁਆ ਬਿਰਸਾ ਮੁੰਡਾ ਨੇ ਅੰਗਰੇਜ਼ਾਂ ਖਿਲਾਫ ਅੱਗਬਗਾਉਤੀ ਤਹਿਰੀਕ ਦੀ ਸਦਾਤ ਕੀਤੀ। ਵਜ਼ੀਰ ਆਜ਼ਮ ਨਿੰਦਰ ਮੋਦੀ ਨੇ ਕਿਹਾ ਜੀ ਭਗਵਾਨ ਬਿਰਸਾ ਮੁੰਡਾ ਦਾ ਖਾਬ ਹਕੀਕਤ ਮਾ ਤਬਦੀਲ ਕਰਨ ਵਾਸਤੇ ਮੁਲਕ ਪੰਜ ਪ੍ਰਣ ਦੀ ਤਾਕਤ ਨਾਲ ਅੱਗੇ ਚੱਲ ਰਿਹਾ ਹੈ। ਉਹਨਾਂ ਨੇ ਮੁਲਕ ਦਾ ਕਬਾਈਲੀ ਵਿਰਸਾ ਵਰ ਫਖਰ ਜ਼ਹਿਰ ਕੀਓ। ਵਜ਼ੀਰ ਆਜ਼ਮ ਅੱਜ ਜਨਜਾਤੀਆ ਗੌਰਵ ਦਿਹਾੜਾ ਦਾ ਮੌਕਾ ਵਰ ਵੀਡੀਓ ਪੇਗਾਮ ਦੇ ਜ਼ਰੀਏ ਕੌਮ ਨਾਂ ਮੁਬਾਰਕਬਾਦ ਦੇ ਰਿਹਾ ਥਾ। ਭਗਵਾਨ ਬਿਰਸਾ ਮੁੰਡਾ ਨਾ ਖਰਜਾਕੀਤ ਪੇਸ਼ ਕਰਤਾ ਮਾ ਵਜ਼ੀਰ ਆਜ਼ਮ ਨੇ ਕਿਹਾ ਜੇ 15 ਨਵੰਬਰ ਨੂੰ ਦਿਨ ਆਦੀਵਾਸੀ ਰਵਾਇਤ ਮਨਾਉਣ ਕੋ ਤਿਆਰੋ ਹੈ ਕਿ ਉਹ ਜੇ ਭਗਵਾਨ ਬਿਰਸਾ ਮੁੰਡਾ ਨਾ ਸਿਰਫ ਜਦੋਂ ਜਾਹਦੇ ਆਜ਼ਾਦੀ ਦਾ ਬਹਾਦਰ ਥਾ ਬਲਕਿ ਵੀ ਮੁਲਕ ਦੀ ਰੋਹਾਨੀ ਤੇ ਸਕਾਫਤੀ ਤਾਕਤ ਵੀ ਅੱਗੇ ਲੈ ਚਲੇ ਥਾ ਜਦੋਂ ਜਾਹਦੇ ਆਜ਼ਾਦੀ ਮਾ ਕਬਾਇਲੀ ਤਬਕਾ ਦੀ ਖਿਦਮਤ ਯਾਦ ਕਰਤਾ ਮਾ ਜਨਾਬ ਮੋਦੀ ਨੇ ਕਈ ਤਹਿਰੀਕ ਯਾਦ ਕੀ ਉਹਨਾਂ ਨੇ ਮੁਲਕ ਦਾ ਕਈ ਹਿੱਸਾ ਮਾ ਕਬਾਇਲੀ ਅਜਾਇਬ ਕਰਾਂ ਔਰ ਜਨ ਧਨ ਵਨ ਧਨ ਕਬਾਇਲੀ ਤਹਿਕੀ ਅਦਾਰਾ ਔਰ ਇਕਲਾਬਿਆ ਸਕੂਲਾਂ ਕੋ ਵੀ ਜ਼ਿਕਰ ਕੀਓ ਜਿਨ੍ਹਾਂ ਨੇ ਕਬਾਇਲੀ ਤਬਕਾ ਨਾਲ ਫਾਇਦਾ ਦਿੱਤੋ ਉਹਨਾਂ ਨੇ ਕਿਹਾ ਹੈ ਜੇ ਪੂਰੇ ਮੁਲਕ ਭਗਵਾਨ ਮਿਰਸਾ ਮੁੰਡਾ ਕੋ ਜਨਮ ਦਿਹਾੜਾ ਮਨਾ ਰਿਓ ਹੈ ਤੇ ਵੇ ਮੁਲਕ ਦਾ ਇੱਕ ਅਜ਼ੀਮ ਇਨਕਲਾਬੀ ਬਹਾਦਰ ਥਾ ਵਜ਼ੀਰ ਆਜ਼ਮ ਨੇ ਕਿਹਾ ਜੀ ਯਾ ਸਰਕਾਰ ਦੀ ਕਿਸਮਤ ਹੈ ਜੀ ਉਸਨਾ 15 ਨਵੰਬਰ ਕੋ ਦਿਹਾੜਾ ਜਨ ਜਾਤੀਆ ਗੌਰਵ ਦਿਵਸ ਦੇ ਤੌਰ ਮਨਾਉਣ ਕੋ ਐਲਾਨ ਕਰਨ ਕੋ ਮੌਕਾ ਲੱਭੋ ਭਾਰਤ ਤੇ ਫਿਨਲੈਂਡ ਨੇ ਦੋਹਾਂ ਮੁਲਕਾਂ ਵਿਚਕਾਰ ਆਪਸੀ ਤਾਲਮੇਲ ਅੱਗੇ ਚਲਾਉਣ ਬਰ ਰਜ਼ਮੰਦੀ ਜ਼ਾਹਿਰ ਕੀਤੀ ਹੈ ਫਿਨਲੈਂਡ ਦਾ ਵਜ਼ੀਰ ਬਰਾਈ ਤਾਲੀਮ ਤੇ ਸੱਭਿਆਚਾਰ ਨੇ ਕੱਲ ਨਵੀਂ ਦਿੱਲੀ ਮਾਂ ਮਰਕਜ਼ੀ ਵਜ਼ੀਰ ਡਾਕਟਰ ਜਤਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅੱਜ ਨਵੀਂ ਦਿੱਲੀ ਮਾਂ ਸੱਭਿਆਚਾਰ ਦੇ ਬਾਰੇ ਮਰਕਜ਼ੀ ਵਜ਼ੀਰ ਮਮਲਕਤ ਅਰਜੁਨ ਰਾਮ ਮੇਗਵਾਲ ਨੇ ਬੈਨਲਕੋਆ ਮੇ ਸਿਹਤ ਮੇਲਾ ਕੋ ਇਫਤਤਾਕ ਕੀਓ ਇਸ ਦੌਰਾਨ ਐਨਸੀ एसएम ग्रुप लंदन की तरफ से दस्यो गयो है कि किस तरह عالمی ਸਤਾ ਪਰ ਤੇਜ਼ੀ ਨਾਲ ਦਵਾਈ ਤਿਆਰ ਕਰਨ ਦੀ ਮੁਹਿੰਮ ਕਾਮਯਾਬ ਬਣਾਈ ਜਾ ਰਹੀ ਹੈ ਇਸ ਦੌਰਾਨ ਪ੍ਰੋਜੈਕਟ ਡਾਇਰੈਕਟਰ ਅਰਜੀਤ दत्ता ਚੋਧਰੀ ਨੇ ਦਸਿਓ ਕਿ ਕਿਸ ਤਰ੍ਹਾਂ ਇਹ ਪ੍ਰੋਜੈਕਟ ਦੋਹਾਂ ਮੁਲਕਾਂ ਵਿਚਕਾਰ ਤਾਲੁਕਾਤਾਂ ਨੂੰ ਮਜ਼ਬੂਤ ਕਰ ਰਿਹਾ ਹੈ ਔਰ ਸਾਂਝਾ ਤਾਲਮੇਲ ਨਾਲ ਕੋਵਿਡ ਜੈਸੀ ਜਾਨਲੇਵਾ ਬਿਮਾਰੀ ਦੀ ਰੋਕਥਾਮ ਵਾਸਤੇ ਵੀ ਮੁਵਸਰ ਦਵਾਈ ਤਿਆਰ ਕਰ ਲਿਗੇਂਗੀ ਠੀ ਯੋ ਬੈਨਲ ਕੋ ਅਮੀ ਸਿਆਹਤੀ ਮੇਲੋ ਕੋਮੀ ਸਾਇੰਸ ਮਰਕਜ਼ ਮਾ 18 ਜੂਨ 2023 ਤੱਕ ਚਲੇਗੋ ਔਰ ਆਵਾਮ ਇਸ ਮੇਲਾ ਮਾ ਸਵੇਰੇ 9:30 ਮਿੰਟ ਤੇ ਸ਼ਾਮ 6 ਵਜੇ ਤੱਕ ਸ਼ਿਰਕਤ ਕਰ ਸਕੇ ਇਸ ਮੌਕੇ ਪਰ ਇੱਕ ਮੋਬਾਈਲ ਸਾਇੰਸ ਗੱਡੀ ਵੀ ਮੁਖਤਸ ਕੀ ਗਈ ਜਿਹੜੀ ਦੂਰ ਦਰਾਜ ਇਲਾਕਾ ਮਾ ਲੋਕਾਂ ਨਾਲ ਇਸ ਮੇਲਾ ਤੇ ਵਾਕਿਆ ਵਾਕਫ ਕਰਾਵੇਗੀ ਜ਼ਰੀ ਪੈਦਾਵਾਰ ਦਾ ਐਡੀਸ਼ਨਲ ਚੀਫ ਸੈਕਟਰੀ ਅਤੁਲ ਡੁੱਲੂ ਨੇ ਕੱਲ ਸਿਵਲ ਸੈਕਟਰੇਟ ਮਾ ਇੱਕ ਮੀਟਿੰਗ ਸਦਾਰਤ ਕੀ ਮੀਟਿੰਗ ਦਾ ਮਕਸਦ ਕਿਸਾਨ ਬਹਿਬੂਦ ਫਲੈਕਸੀਬਲ ਸਕੀਮਾਂ ਦੀ ਸੂਰਤ ਹਾਲ ਕੋ ਜਾਇਜ਼ ਲੈਣ ਤੋ ਇਹ ਮੀਟਿੰਗ ਖਾਸ ਤੌਰ ਪਰ ਕਿਸਾਨ ਕ੍ਰੈਡਿਟ ਕਾਰਡ ਮਿੱਟੀ ਦੀ ਸਿਹਤ ਬਾਰੇ ਕਾਰਡ ਔਰ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਪੀਐਮ ਕੇਐਮਵਾਈ ਕੋ ਜਾਇਜ਼ ਲੈਣ ਵਾਸਤੇ ਬੁਲਾਈ ਗਈ ਥੀ ਜੰਮੂ ਦੂਰਦਰਸ਼ਨ ਕੇਂਦਰ ਗੀਤਰਫੋ ਨਿਊਜ਼ ਯੂਨਿਟ ਮਾ ਡੋਗਰੀ ਨਿਊਜ਼ ਰੀਡਰ ਵਾਸਤੇ ਹੈ ਦਰਖਾਸਤ ਤਲਬ ਕੀਤੀ ਗਈ ਹੈ ਇਸ ਸਿਸਟਮ ਆ ਐਡੀਟੋਰੀਅਲ ਅਸਿਸਟੈਂਟ ਤੇ ਵੈਬਸਾਈਟ ਅਸਿਸਟੈਂਟ ਵਾਸਤੇ ਵੀ ਦਰਖਾਸਤ ਮੰਗੀ ਗਈ ਹੈ ਖਸ਼ਮੰਦ ਉਬੇਦ ਵਾਰ ਜਿਨ ਦੀ ਉਮਰ 24 ਤੇ 45 ਸਾਲ ਤੱਕ ਹੈ ਵੇ ਦੀਗਰ ਕਾਗਜ਼ਾਤ ਨਾਲ ਰਾਪਤੋ ਕਰ ਸਕੇ ਯੋ ਰਾਪਤੋ ਟਾਲੀ ਮੋੜ ਜੰਮੂ ਮਾ 13 ਦਸੰਬਰ 2022 ਤੱਕ ਕੀ ਹੋ ਜਾ ਸਕੇ ਨਿਊਜ਼ ਰੀਡਰ ਵਾਸਤੇ ਉਮੀਦਵਾਰ ਕੋਲ ਡਿਗਰੀ जी ग्रेजुएशन की वह होनी लाजमी है नाली डोगरी जबान की चंगी जानकारी भी लाजमी है ये खबर तो आकाशवाणी जम्मू से सुन रहे हैं खबर का बाकी हिस्सा नाल उबैदुर रहमान तेल कुदरती गैस तय शहरी अमोरगा मरकजी वजीर ममलिकत हरदीप सिंह पुरी ने कह है कि वजी आज़म नरेंद्र मोदी जम्मू कश्मीर की तरक्की वस्ते खातर खा इकदाम कर रहे हैं और इस नवामगा मुल्क जज्बात जुड़ गए हैं, हैं। उन्होंने कहो कि मरकजीम अवाम न बरा रास्त फायदों हासिल हो है और जमीनी सतह पर कई बड़ा काम मुकम्मल किया गया है जनाब ने क्यों कि दफा त्रै सौ सत्तर तक पेंती ए की मनसूखी के बाद इस वेह हज़ार सत्त सौ इक्की करोड़ रुपई की लागत न पजी नव कौमी शाहरा प्रोजेक्ट मंजूर किया गया है इसके अलावा 13600 ਕਰੋੜ ਰੁਪਈਆ ਦੀ ਲਾਗਤ ਨਾਲ ਸੱਤ ਨਵੇਂ ਤਿੱbbi ਕਾਲਜ ਮਨਜ਼ੂਰ ਕੀਆ ਗਿਆ ਹੈ ਜਿਨਮ ਸੇਟ ਵਧਾ ਕੇ 500 ਤੋਂ 955 ਕਰ ਦਿੱਤੀ ਜੇਗੀ ਜਮੂ ਕਸ਼ਮੀਰ ਸਰਕਾਰ ਕਿਸਾਨਾਂ ਦੀ ਪਲਾਈ ਬਿਹਤਰੀ ਖਾਤਰ ਪਸ਼ੂ ਪਾਲਨ ਅਬਾਦ ਦਨ ਵਸਤਾ ਕਈ ਮਨਸੂਬੇ ਤਿਆਰ ਕਰ ਰਹੀ ਹੈ ਸਰਕਾਰ ਕੋ ਮਕਸਦ ਹੈ ਸਾ ਮਨਸੂਬਾ ਨਤਰਕ ਕੀ ਦੇਣੋ ਹੈ ਜਿਸ ਨਾਲ ਮੁਕਾਮੀ ਲੋਕਾਂ ਤੇ ਕਿਸਾਨਾਂ ਦੀ ਆਮਦਨੀ ਮੇ ਇਜ਼ਾਫਾ ਕੀਤਾ ਜਾ ਸਕੇ पेड़ पालन चलाई गई आईएसडीएस स्कीम बारे जानकारी देता हम दस है कि मरकजी जेर इंतजाम जम्मू कश्मीर इलाका में बारह लाख कुंबा और रोज़गार फराहम कराया गया है और पेड़ पालन मकामी अफ़राद न माशी तर्ज पर मजबूत बना रही है अकवा मुतहद की तरफों जारी एक तखमीना दस है की अज दुनिया की आबादी अट्ठ अरब हो गई है अकवा मुद आबादी डिवीजन का डायरेक्टर जान विलमाथ ने ने है कि आबादी को इस सतह तक बदलो एक बहुत बड़ी कामयाबी है लेकिन मुस्कबिले एक खतरा को निशान भी है आलमी आबादी रिपोर्ट दो हज़ार बई के मुताबिक भारत की आबादी इस साल दो हज़ार तेई में चीन से ज्यादा हो जाएगी वाजहिर र कि साल उन्नीस सौ पजा के बाद इस वक्त दुनिया की आबादी बधन की शराह फीसद एक फीसद तें घट है लेकिन अकाम मुतहदा की तरफों जारी तखमीना रिपोर्ट में दस्य है कि साल दो हज़ार त्री तक आलमी आबादी अट्ठ अ पांच अरब हो जाएगी और साल दो हज़ार पजा तक यह आबादी बदकर दस अशारिया चार अरब तक जाएगी सरहदी हिफाजती फौज का एडिशनल डायरेक्टर जनरल पी वी रामा ने कल जम्मू का सरहदी इलाका मां हिफाजती को जायजा लियो है वे त्रह दिन का जम्मू दौरा बे इस दौरान आई जी जम्मू ने इलाका की सूरत हाल मजमुती बी एस एफ ने दरपेष मुश्किलों को भी जिक्र किया अपना दौरा का दौरान ए डी जी मोसूफ ने प्राइमरी प्रायमरी सीनियर सेकेंडरी स्कूल पोलोडा का बच्चा में इनाम भी तकसीम किया इस दौरान ए डी जी मौसूफ लेट गवर्नर होया और जम्मू का सरहदी इलाका इलाकाम हिफाजती को मुकम्मल जायजो रिहायशी इलाका में लोगों का करा सामने कचरा का ढेर न जिला उधमपुर अवाम ने डेंगू और सख्त खतरों लाहाक है म्यूनिपैल्टी की तरफों चलाई गई सफाई मुहिम भी मुसर साबित नहीं हो रही है व्यापार मंडल उधमपुर का सदर अनिल दुबे जतेंद्र वरमानी दिग्गर समाजी कारकुना ने मारा नुमाइंदा गलबात करता में इस तरह क्यों

وزیر اعظم نرندرا مودی نے یوکرین ہال کا سلسلہ میں جنگ بندی اور سفارتی راستوں پر مڑن کی اپیل کی۔ صدر جمہوریہ نے کہو ہے کہ قبائلی طبقات نے ملک نا کاریگری دستکاری تے محنت نال مالا مال کیو۔ مرکزی وزیر ہرদীপ سنگھ پوری نے کہو ہے کہ جموں کشمیر کی ترقی بارے وزیر اعظم نرندرا مودی کو خواب حقیقت میں بدل رہے ہوئے ہیں۔ تے جموں کشمیر انتظامیہ کساناں کی فلاح و بہبود واسطے پیڑ پلن کا نوما موقع مہیہ کراری ہے۔ اس کنالی گوجری ما خبراں کو یو بلٹن ختم ہوو۔